ਜਾਬ ਸਕੂਲ ਸਿੱਖਿਆ ਵਿਭਾਗ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ 8ਵੀਂ ਬੋਰਡ ਦੇ ਨਤੀਜਿਆਂ ਦੇ ਵਿੱਚ ਹੋਵੇਗੀ ਡੇਰੀ ਵਿਦਿਆਰਥੀਆਂ ਦੀ ਮੁਰਤ ਤੋਂ ਵੱਡੀ ਉਡੀਕ ਕੀ ਹੈ ਪੂਰੀ ਅਪਡੇਟ 8ਵੀਂ ਬੋਰਡ ਦੇ ਨਤੀਜਿਆਂ ਚ ਆਵੇਗੀ ਦੇਰੀ ਕੀ ਇਸ ਦਾ ਅਸਰ 12ਵੀਂ ਬੋਰਡ ਨਤੀਜਿਆਂ ਦੇ ਉੱਤੇ ਵੀ ਪਵੇਗਾ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਜੀਡੀ ਟੈਕੀ ਤੇ ਨਵੇਂ ਹੋ ਤਾਂ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਨੂੰ ਦੱਸ ਦਈਏ ਇੱਕ ਵੱਡੀ ਅਪਡੇਟ ਜਿਹੜੀ ਹੈ ਪਿਛਲੇ 1-2 ਦਿਨ ਤੋਂ ਆ ਰਹੀ ਸੀ ਸੂਤਰਾਂ ਦੇ ਹਵਾਲੇ ਤੋਂ ਵੀ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਜੋ ਹੈ 27 April ਯਾਨੀ ਅੱਜ 8ਵੀਂ ਬੋਰਡ ਦੇ ਨਤੀਜੇ ਜਿਹੜੇ ਐ ਉਹ ਐਲਾਨ ਦੇਗਾ ਪਰ ਹੁਣ ਇੱਕ ਵੱਡੀ ਅਪਡੇਟ ਜਿਹੜੀ ਹੈ ਸ਼ਾਮ ਹੁੰਦੇ ਹੁੰਦੇ ਨਿਕਲ ਕੇ ਆਈ ਹੈ ਕਿ ਤਕਨੀਕੀ ਕਾਰਨਾਂ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ 8ਵੀਂ ਬੋਰਡ ਦੇ ਨਤੀਜੇ ਨੇ ਅੱਜ ਨਹੀਂ ਐਲਾਨੇ ਗਏ ਸੋ ਹੁਣ ਜਿਹੜੇ ਨਤੀਜੇ ਐਲਾਨੇ ਜਾਣਗੇ 29 ਅਪ੍ਰੈਲ ਦਿਨ ਸੋਮਵਾਰ ਨੂੰ ਐਲਾਨੇ ਜਾਣਗੇ ਅਤੇ ਮੈਰਿਟ ਲਿਸਟ ਜਿਹੜੀ ਹੋਵੇਗੀ ਮੈਰਿਟ ਲਿਸਟ ਜਿਹੜੀ ਹੈ 29 ਅਪ੍ਰੈਲ ਨੂੰ ਐਲਾਨੀ ਜਾਵੇਗੀ ਬਾਕੀ ਰਹਿੰਦੇ ਜਿਹੜੇ ਵਿਦਿਆਰਥੀ ਹੋਣਗੇ 30 ਅਪ੍ਰੈਲ ਨੂੰ ਆਪਣੇ ਨਤੀਜੇ ਚੈੱਕ ਕਰ ਸਕਣਗੇ ਸੋ ਇੱਕ ਵੱਡੀ ਅਪਡੇਟ ਜਿਹੜੀ ਹੁਣੇ-ਹੁਣੇ ਨਿਕਲ ਕੇ ਆ ਰਹੀ ਸੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 12ਵੀਂ ਬੋਰਡ ਦੇ ਨਤੀਜਿਆਂ ਦੀ ਤਾਂ 12ਵੀਂ ਬੋਰਡ ਦੇ ਨਤੀਜਿਆਂ ਤੇ ਵੀ ਇਸ ਦਾ ਅਸਰ ਦਿਖ ਸਕਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਤੀਜੇ ਐਲਾਨੇ ਜਾਣੇ ਨੇ 27 April ਅੱਜ ਹੋ ਚੁੱਕੀ ਹੈ ਪ੍ਰੈਕਟੀਕਲ ਦੇ ਅੰਕ ਅਪਲੋਡ ਕਰਨ ਦੀ ਅੱਜ ਆਖਰੀ ਮਿਤੀ ਹੈ ਸੋ ਜੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਨਤੀਜੇ ਹੋਣਗੇ ਮਈ ਮਹੀਨੇ ਦੇ ਦੂਸਰੇ ਹਫਤੇ ਵਿੱਚ ਐਲਾਨੇ ਜਾ ਸਕਦੇ ਨੇ ਸੋ ਇੱਕ ਵੱਡੀ ਅਪਡੇਟ ਜਿਹੜੀ ਹੈ ਨਿਕਲ ਕੇ ਆ ਰਹੀ ਸੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਾਲ ਜੁੜੇ ਹੋਏ 8ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਨਤੀਜਿਆਂ ਨੂੰ ਲੈ ਕੇ ਸੋਚਿਆ ਹੈ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਹੋ ਜਿਹੀਆਂ ਖਬਰਾਂ ਵੇਖਣ ਦੇ ਲਈ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ